ਪੰਜਾਬ ਦੇ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ 15 ਅਕਤੂਬਰ ਨੂੰ ਵੋਟਿੰਗ ਹੋਣੀ ਹੈ ਤੇ ਇਸੇ ਵਿਚਕਾਰ ਹੁਣ ਚੋਣ ਨਿਸ਼ਾਨ ਵੀ ਦਿੱਤੇ ਜਾ ਰਹੇ ਨੇ ਪਰ ਚੋਣ ਨਿਸ਼ਾਨ ਨੂੰ ਲੈ ਕੇ ਵੀ ਹੁਣ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਨੇ। ਦੱਸ ਦਈਏ ਕਿ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਰਾਹ ਦੇ ਵਿੱਚ ਰੋਕ ਕੇ ਗੱਡੀਆਂ ਦੀ ਭੰਨ ਤੋੜ ਕੀਤੀ ਗਈ ਹੈ ਜਿਸ ਦੇ ਵਿੱਚ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਗੁਰਦਾਸਪੁਰ ਦੇ ਪਟਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕੋ ਪਿੰਡ ਦੀਆਂ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ। ਪਹਿਲਾਂ ਤਾਂ ਚੋਣ ਨਿਸ਼ਾਨ ਨੂੰ ਲੈ ਕੇ ਇਹ ਦੋਵਾਂ ਧਿਰਾਂ ਦੇ ਵਿਚਕਾਰ ਬਹਿਸ ਹੁੰਦੀ ਹੈ ਤੇ ਬਹਿਸ ਤੋਂ ਬਾਅਦ ਜਦੋਂ ਇਹ ਦੋਵੇਂ ਧਿਰਾਂ ਵਾਪਸੀ ਕਰ ਰਹੀਆਂ ਹੁੰਦੀਆਂ ਨੇ ਚੋਣ ਨਿਸ਼ਾਨ ਲੈ ਕੇ ਆਪੋ ਆਪਣੇ ਤੇ ਰਾਹ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ, ਗੱਡੀਆਂ ਦੀ ਭੰਨ ਤੋੜ ਕੀਤੀ ਗਈ ਹੈ, ਔਰਤਾਂ ਤੱਕ ਨੂੰ ਨਹੀਂ ਬਖਸ਼ਿਆ ਗਿਆ। ਤਾਂ 3 ਲੋਕ ਇਸ ਘਟਨਾਕ੍ਰਮ ਦੇ ਵਿੱਚ ਜ਼ਖਮੀ ਹੋਏ ਨੇ ਤੇ ਗੱਡੀਆਂ ਦੀ ਜੋ ਭੰਨ ਤੋੜ ਕੀਤੀ ਗਈ ਹੈ ਉਸ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਗੱਡੀਆਂ ਦੇ ਜੋ ਸ਼ੀਸ਼ੇ ਨੇ ਉਹ ਭੰਨੇ ਹੋਏ ਨੇ ਤੇ ਇਸੇ ਵਿਚਕਾਰ ਇੱਕ ਦੂਜੇ ਦੇ ਉੱਤੇ ਦੋਵੇਂ ਧਿਰਾਂ ਦੇ ਵੱਲੋਂ ਗੰਭੀਰ ਇਲਜ਼ਾਮ ਵੀ ਲਗਾਏ ਗਏ ਨੇ। ਇੱਕ ਧਿਰ ਦਾ ਕਹਿਣਾ ਕਿ ਪਹਿਲਾਂ ਉਹਨਾਂ ਨੂੰ ਰਾਹ ਦੇ ਵਿੱਚ ਰੋਕਿਆ ਗਿਆ ਤੇ ਫਿਰ ਉਸ ਤੋਂ ਬਾਅਦ ਹਮਲਾ ਕੀਤਾ ਗਿਆ। ਉੱਥੇ ਦੂਜੀ ਧਿਰ ਦਾ ਕਹਿਣਾ ਕਿ ਜੋ ਧਿਰ ਇਲਜ਼ਾਮ ਲਗਾ ਰਹੀ ਹੈ ਉਹਨਾਂ ਦੇ ਵੱਲੋਂ ਸਾਡੇ ਉੱਤੇ ਜ਼ੋਰ ਪਾਇਆ ਜਾ ਰਿਹਾ ਕਿ ਉਹ ਆਪਣੇ ਕਾਗਜ਼ ਵਾਪਸ ਲੈ ਲੈਣ, ਪਰ ਉਹਨਾਂ ਨੇ ਜਦੋਂ ਅਜਿਹਾ ਨਹੀਂ ਕੀਤਾ ਤਾਂ ਰਾਹ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਉਸਦਾ ਰਸਤਾ ਰੋਕਿਆ ਤੇ ਫਿਰ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ। ਹਾਲਾਂਕਿ ਕੀ ਕੁਝ ਕਹਿ ਰਹੇ ਨੇ ਦੋਵੇਂ ਧਿਰਾਂ, ਆਓ ਤੁਹਾਨੂੰ ਪਹਿਲਾਂ ਇੱਕ ਵਾਰੀ ਇਹ ਵੀ ਸੁਣਾ ਦਿੰਦੇ ਹਾਂ। ਮਤਲਬ ਮੈਂ ਮੌਜੂਦਾ ਸਰਪੰਚ ਹਾਂ, ਮੇਰੇ ਘਰ ਵਾਲਾ ਸਿਕੰਦਰ ਸਿੰਘ ਆ। ਅਸੀਂ ਜਦੋਂ ITI ਆਪਣੇ ਚੋਣ ਨਿਸ਼ਾਨ ਲੈਣ ਗਏ ਹਾਂ, ਇਹਨਾਂ ਨੇ ਉੱਥੇ ਪਹਿਲਾਂ ਨੂੰ ਮੇਰੇ ਸਿਕੰਦਰ ਸਿੰਘ ਨੂੰ ਮੇਰੇ ਹਸਬੈਂਡ ਨੂੰ ਧੱਕੇ ਮਾਰੇ ਇਹਨਾਂ ਨੇ। ਉੱਥੇ ਵਿਕਰਮਜੀਤ ਸਿੰਘ ਦੇ ਮੁੰਡੇ ਨੇ, ਉਹਦਾ ਨਾਂ ਮੈਨੂੰ ਯਾਦ ਨਹੀਂ ਗਾ, ਅੰਮ੍ਰਿਤਪਾਲ, ਹਾਂਜੀ, ਸਾਡੇ ਪਿੰਡ ਦੇ ਆ। ਪਿਛਲੀ ਵਾਰ ਉਹਨੂੰ ਅਸੀਂ 250 ਵੋਟ ਤੇ ਹਰਾਇਆ ਸੀ। ਉਹ ਚਾਹੁੰਦਾ ਸੀ ਇਲੈਕਸ਼ਨ ਨਾ ਲੜ ਅਮਰੀਕਾ ਬਾਲੇਵਾਲ ਤੋਂ। ਹੁਣ ਅਸੀਂ ਉੱਥੇ ਚੋਣ ਨਿਸ਼ਾਨ ਲੈਣ ਗਏ ਹਾਂ ਤੇ ਉੱਥੇ ਉਹਨਾਂ ਬੰਦੇ ਸੱਦ ਕੇ ਸਾਡੇ ਮਗਰ ਲਾਏ। ਅਸੀਂ ਆਉਂਦੇ ਆਰਾਮ ਨਾਲ, ਇੱਥੇ ਆਣ ਕੇ ਸਾਨੂੰ ਰਾਹ ਦੇ ਵਿੱਚ ਘੇਰ ਲਿਆ ਵਾ ਤੇ ਸਾਡੀ ਆ ਸਾਰੀ ਗੱਡੀ ਭੰਨ ਛੜੀ, ਸਾਰੇ ਸ਼ੀਸ਼ੇ ਸ਼ੂਸ਼ੇ ਤੋੜ ਛੜੇ ਆ। ਆਪਣਾ ਜਿਹੜੇ ਹਥਿਆਰ ਆ ਇਹਨਾਂ ਕੋਲ, ਕਿਸੇ ਕੋਲ ਬੈਸਬੋਲ ਆ, ਕਿਸੇ ਕੋਲ ਹਾਕੀ ਆ, ਕਿਸੇ ਕੋਲ ਕੁਛ ਆ, ਬਹੁਤ ਤੇਜ਼ ਦਾਤ ਦੂਤ ਵਗੈਰਾ ਸਾਰਾ ਕੁਛ ਲੈ ਕੇ ਆਏ ਆ। ਭਾਜੀ ਆਪਾਂ ਆਪਣੇ ਚੋਣ ਨਿਸ਼ਾਨ ਲੈ ਕੇ ਆਉਂਦੇ ਆਪਣਾ ITI ਕਾਲਜ ਤੋਂ, ਜਿਹਨਾਂ ਸਾਡੀ ਸ਼ਰਿਆਮ ਇੱਥੇ ਗੱਡੀ ਖਿਲਾਰ ਗਏ, ਸਾਡੀ ਨਾਲ ਲੇਡੀਜ਼ ਦੇ ਚਾਚੀ ਮੇਰੇ ਸਰਪੰਚ ਖਲੋਤੇ ਆ, ਰੱਤੀ ਪਏ ਸਰਿਆਮ ਪਿਆਰੇ ਤੇ ਗੱਡੀ ਭੰਨੀ ਗੱਡੀ ਵਜੋਂ ਤੇ ਮੌਕੇ ਦਾ ਤੁਸੀਂ ਗੱਲ ਰੱਖੋ ਭਾਜੀ। ਇਹ ਕੋਈ ਕੰਮ ਥੋੜਾ ਭਾਜੀ, ਇਹ 15-20 ਜਣੇ ਭਾਜੀ ਆਮ ਆਦਮੀ ਦੇ ਬੰਦੇ ਭਾਜੀ, ਅਸੀਂ ਭਾਜੀ ਆਮ ਆਦਮੀ ਚ, ਉਹ ਹੋਣਾ ਇਹ 10 ਦਿਨ ਪਹਿਲਾਂ ਆਏ ਆਮ ਆਦਮੀ ਚ ਸਾਡੇ ਭਾਈ 3 ਜਣੇ, ਇੱਕ ਨਾਲ ਚਾਚੀ ਹੈ ਮੇਰੀ, 3 ਜਣੇ ਭਾਜੀ ਆਪਾਂ ਹੈਗੇ ਸਰ, ਇੱਕ ਉਹ ਨਾਲ ਛੋਟਾ ਬੱਚਾ ਨਾਲ, ਉਸ ਨਾਲ ਸਿਰ ਚ ਸੱਟ ਲਾਤੀ ਜਾਣੇ ਭਾਜੀ। ਮੈਂ ਹੁਣ ਮੈਂ ਆਪਣੀ ਡਿਊਟੀ ਤੋਂ ਆਇਆ ਭਾਜੀ, ਅਚਾਨਕ ਡਿਊਟੀ ਤੋਂ ਆਇਆ, ਮੈਨੂੰ ਹੁਣ ਇਹਦਾ ਫੋਨ ਆਇਆ, ਮੈਂ ਨਾਲ ਇੱਥੇ ਜੋਬ ਕਰਦਾ, ਮੈਂ ਡਿਊਟੀ ਤੋਂ ਆਇਆ ਭਾਜੀ। ਇਹ ਪੇਪਰ ਸਰਪੰਚੀ ਦੇ ਚੋਣ ਨਿਸ਼ਾਨ ਲੈਣ ਗਏ ਸੀ ITI ਤੇ ਉੱਥੇ ਇੱਕ ਮੈਂਬਰ ਨੂੰ ਇਹ ਕਹਿੰਦੇ ਵੀ ਆਪਣੇ ਪੇਪਰ ਵਾਪਸ ਲੈ, ਤੇ ਇਹ ਕਹਿੰਦੇ ਵੀ ਨਹੀਂ ਪੇਪਰ ਨੂੰ ਵਾਪਸ ਲੈਣੇ ਸਾਡੇ ਵੱਲੋਂ ਮੈਂਬਰ ਆ, ਤੇ ਤੁਸੀਂ ਧੱਕੇ ਨਾ ਧੱਕੇਸ਼ਾਹੀ ਨਾ ਕਰੋ। ਉਹ ਧੱਕੇਸ਼ਾਹੀ ਕਰਨ ਲੱਗ ਪਏ, ITI ਨੇ ਬੰਦੇ ਇਕੱਠੇ ਕਰ ਲਏ, ਬਾਅਦ ਚੋਂ ਬੰਦੇ ਇਕੱਠੇ ਕਰਕੇ ਤੇ ਸਾਰੇ ਇੱਥੇ ਆ ਗਏ, ਇੱਥੇ ਆਣ ਕੇ ਗੱਡੀ ਪਿੱਛੇ ਲਾ ਗਏ, ਇੱਕ ਅੱਗੇ ਲਾ ਗਏ, ਤੇ ਪਹਿਲਾਂ ਆਹ ਗੱਡੀ ਭੰਨੀ ਆ, ਬਾਅਦ ਚ ਦਾਤਰ ਮਾਰ ਕੇ ਦੋਵਾਂ ਦੇ ਸਿਰ ਪੜੇ ਆ, ਬਾਅਦ ਥਾਣੇ ਲੈ ਗਏ, ਬਾਅਦ ਵਿੱਚ ਜ਼ਖਮੀ ਇੱਕ ਤਿੰਦਰ ਸਿੰਘ ਤੇ ਕਮਰਿਤਪਾਲ, ਉਹ ਵੀ ਬਾਲੇਵਾਲ ਦੇ ਦੋਵੇਂ, ਉਹ ਅੰਦਰ ਥਾਣੇ ਆ।